ਹਾਂਜੀ, ਉਮੀਦ ਕਰਦੇ ਹਾਂ ਜੀ ਬੇਸਿਕ ਪੋਲੀਟੀ ਦਾ ਫਸਟ ਲੈਕਚਰ ਤੁਸੀਂ ਸੁਣ ਲਿਆ ਹੋਏਗਾ। ਤਾਂ ਉਹਦੇ ਵਿੱਚ ਆਪਾਂ ਨੇ ਕਿਹਾ ਸੀਗਾ ਵੀ ਆਪਾਂ ਨਾਲ ਨਾਲ ਮੋਸਟ ਟ੍ਰੈਂਡਿੰਗ ਕੁਐਸਚਨਸ ਕਰਿਆ ਕਰਾਂਗੇ। ਤਾਂ ਕੁਐਸਚਨ ਫਸਟ ਹੈਗਾ ਅਡੋਪਟਿਡ ਇਨੈਕਟਿਡ। ਤਾਂ ਇਹ ਵਰਡ 'ਤੇ ਖਾਸ ਫੋਕਸ ਕਰੋ, ਇਹਦਾ ਮਤਲਬ ਹੈਗਾ ਵੀ ਬਣ ਕੇ ਕਦੋਂ ਤਿਆਰ ਹੋ ਗਿਆ ਸੀ, 26 ਨਵੰਬਰ 1949। ਤਾਂ ਜੇ ਕੋਨਸਟੀਟਿਊਸ਼ਨ ਦੇ ਨਾਲ ਵਰਡ ਯੂਜ਼ ਹੋ ਰਿਹਾ ਅਡੋਪਟਿਡ ਜਾਂ ਇਨੈਕਟਿਡ, ਤਾਂ ਆਂਸਰ ਇਹ ਆਏਗਾ ਲਾਗੂ ਕਦੋਂ ਹੋਇਆ ਸੀਗਾ, ਐਨਫੋਰਸਡ ਔਨ 26 ਜਨਵਰੀ 1950। ਤਾਂ ਕਾਫੀ ਰਿਪੀਟ ਹੁੰਦਾ ਜੀ ਕੁਐਸਚਨ। ਹੁਣ ਹੈਗਾ ਡਿਮਾਂਡਿਡ। ਦੇਖੋ ਕੁਐਸਚਨ ਆਏਗਾ ਹੂ ਡਿਮਾਂਡਿਡ ਸਭ ਤੋਂ ਪਹਿਲਾਂ ਕੋਨਸਟੀਟਿਊਸ਼ਨ, ਜਾਂ ਫਿਰ ਹੂ ਵਾਜ਼ ਦਾ ਐਡਵਾਈਜ਼ਰ। ਤਾਂ ਐਡਵਾਈਜ਼ਰ ਸੀਗਾ ਬੀ ਐਨ ਰਾਓ, ਇਹ ਸੀਗਾ ਐਮ ਐਨ ਰੋਏ। ਤਾਂ ਮਿਲਦੇ ਜੁਲਦੇ ਕੁਐਸਚਨ ਆਪਾਂ ਨਾਲ ਨਾਲ ਪੜ੍ਹਿਆ ਕਰਾਂਗੇ ਤਾਂ ਕਿ ਆਪਣੀ ਮੈਮਰੀ ਈਜ਼ੀਲੀ ਐਸੋਸੀਏਟ ਹੋ ਜਾਏ, ਈਜ਼ੀਲੀ ਰਿਕਾਲ ਹੋ ਜਾਏ ਤਾਂ ਤੁਹਾਨੂੰ ਹੌਲੀ ਹੌਲੀ ਸਮਝ ਆਊਗਾ ਵੀ ਕਿਵੇਂ ਪੜ੍ਹਨਾ ਹੁੰਦਾ, ਕਿਵੇਂ ਨੋਟਸ ਬਣਾਉਣੇ ਹੁੰਦੇ ਨੇ, ਕਿਵੇਂ ਨੋਟਸ ਹੈਲਪਫੁਲ ਰਹਿੰਦੇ ਨੇ ਲਾਸਟ ਤੱਕ। ਐਮ ਐਨ ਰੋਏ ਡਿਮਾਂਡਿਡ, ਐਡਵਾਈਜ਼ਰ ਬੀ ਐਨ ਰਾਓ। ਨੈਕਸਟ ਕੁਐਸਚਨ ਹੈਗਾ ਜੀ ਕੋਨਸਟੀਟੂਐਂਟ ਅਸੈਂਬਲੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਇੰਨੇ ਮੈਂਬਰ ਸੀਗੇ। 9 ਦਸੰਬਰ 1946 ਨੂੰ ਪਹਿਲੀ ਮੀਟਿੰਗ ਹੋਈ ਸੀ। ਸਚੀਦਾਨੰਦਾ ਸਿਨਹਾ ਜਿਹੜਾ ਸੀਗਾ ਉਹ ਇਹਦਾ ਟੈਂਪਰੇਰੀ ਪ੍ਰੈਜ਼ੀਡੈਂਟ ਸੀ, ਪਰਮਾਨੈਂਟ ਪ੍ਰੈਜ਼ੀਡੈਂਟ ਉਸ ਤੋਂ 2 ਦਿਨ ਬਾਅਦ 11 ਦਸੰਬਰ 1946 ਨੂੰ ਬਣਿਆ ਸੀ। ਤਾਂ ਇਹ ਕੁਐਸਚਨ ਕਾਫੀ ਟ੍ਰੈਂਡਿੰਗ ਨੇ, ਰਿਕੁਆਇਰਡ ਨੇ, ਪਤਾ ਹੋਣੇ ਚਾਹੀਦੇ ਨੇ। ਕੋਨਸਟੀਟੂਐਂਟ ਅਸੈਂਬਲੀ ਟੋਟਲ ਮੈਂਬਰਸ 9 ਦਸੰਬਰ 1946 ਫਸਟ ਮੀਟਿੰਗ, ਪਰਮਾਨੈਂਟ ਰਾਜਿੰਦਰ ਪ੍ਰਸ਼ਾਦ ਬਣਿਆ ਸੀ ਪ੍ਰੈਜ਼ੀਡੈਂਟ। ਤਾਂ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕੋਨਸਟੀਟੂਐਂਟ ਅਸੈਂਬਲੀ ਬਾਰੇ, ਬੇਸਿਕ ਆਪਾਂ ਨੇ ਆਲਰੇਡੀ ਪੜ੍ਹ ਲਿਆ ਸੀਗਾ। ਹੁਣ ਉਸ ਤੋਂ ਬਾਅਦ ਇਹ ਕੁਐਸਚਨ ਬਹੁਤ ਆਉਂਦਾ। ਤਾਂ ਦੇਖੋ ਨੈਸ਼ਨਲ ਫਲੈਗ ਅਡੋਪਟਿਡ 22 ਜੁਲਾਈ 1947। ਨੈਸ਼ਨਲ ਫਲੈਗ ਪਹਿਲਾਂ ਅਡੋਪਟ ਹੋਇਆ ਸੀਗਾ, ਪਹਿਲਾਂ ਆਇਆ ਸੀਗਾ ਐਂਥਮ ਅਤੇ ਸੌਂਗ ਜਿਹੜਾ ਹੈਗਾ 24 ਜਨਵਰੀ 1950 ਨੂੰ ਆਇਆ ਸੀ। ਤਾਂ ਇਹ ਵੀ ਪਤਾ ਹੋਣਾ ਚਾਹੀਦਾ 22 ਜੁਲਾਈ 1947, 24 ਜਨਵਰੀ 1950 ਨੈਸ਼ਨਲ ਐਂਥਮ, ਨੈਸ਼ਨਲ ਸੌਂਗ। ਤਾਂ ਇਹ ਆਪਾਂ ਨੇ ਇੱਕ ਤਰੀਕੇ ਨਾਲ ਪੜ੍ਹ ਲਿਆ। ਤੁਹਾਨੂੰ ਕੁਐਸਚਨ ਪੁੱਛਣ ਹੂ ਵਾਜ਼ ਦਾ ਫਸਟ ਲਾਅ ਮਿਨਿਸਟਰ, ਫਾਦਰ ਆਫ ਕੋਨਸਟੀਟਿਊਸ਼ਨ, ਆਰਕੀਟੈਕਟ ਆਫ ਕੋਨਸਟੀਟਿਊਸ਼ਨ, ਲਾਰਡ ਮਨੂ ਆਫ ਕੋਨਸਟੀਟਿਊਸ਼ਨ, ਚੇਅਰਮੈਨ ਆਫ ਡਰਾਫਟਿੰਗ ਕਮੇਟੀ। ਤਾਂ ਸਾਰਿਆਂ ਦਾ ਆਨਸਰ ਬੀ ਆਰ ਅੰਬੇਦਕਰ। ਤਾਂ ਤੁਹਾਨੂੰ ਮੈਂ ਕਿਹਾ ਹੋਇਆ ਜੀ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਯਾਦ ਰੱਖਿਓ। ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਜੀ ਇਹ ਕੁਐਸਚਨ ਬਹੁਤ ਆਉਂਦਾ ਵੀ ਪਾਰਲੀਮੈਂਟ ਦਾ ਕੀ ਮਤਲਬ ਹੈ। ਪਾਰਲੀਮੈਂਟ ਦਾ ਮਤਲਬ ਹੈਗਾ ਲੋਕ ਸਭਾ, ਰਾਜ ਸਭਾ, ਪ੍ਰੈਜ਼ੀਡੈਂਟ। ਤਾਂ ਆਪਸ਼ਨਸ ਦੇ ਵਿੱਚ ਇਹ ਹੋਏਗਾ, ਅਦਰ ਆਪਸ਼ਨਸ ਕੀ ਹੋਣਗੇ, ਲੋਕ ਸਭਾ, ਰਾਜ ਸਭਾ। ਹੋਰ ਆਪਸ਼ਨ ਕੀ ਹੋ ਸਕਦਾ, ਲੋਕ ਸਭਾ, ਰਾਜ ਸਭਾ, ਪ੍ਰਾਈਮ ਮਿਨਿਸਟਰ, ਪ੍ਰਾਈਮ ਮਿਨਿਸਟਰ, ਲੋਕ ਸਭਾ। ਤਾਂ ਆਪਸ਼ਨਸ ਕੁਛ ਵੀ ਹੋ ਸਕਦੇ ਨੇ, ਬਟ ਪਾਰਲੀਮੈਂਟ ਦਾ ਮਤਲਬ ਹੁੰਦਾ ਲੋਕ ਸਭਾ, ਰਾਜ ਸਭਾ ਅਤੇ ਪ੍ਰੈਜ਼ੀਡੈਂਟ। ਠੀਕ ਹੈ ਜੀ, ਚਲੋ 42nd ਅਮੈਂਡਮੈਂਟ ਬਹੁਤ ਇੰਪੋਰਟੈਂਟ ਹੈ, ਇਹਨੂੰ ਮਿੰਨੀ ਕੋਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ, ਕਿਉਂਕਿ 42nd ਅਮੈਂਡਮੈਂਟ 1976 ਦੇ ਵਿੱਚ ਜਦੋਂ ਹੋਈ ਸੀ ਤਾਂ ਇਹਦੇ ਵਿੱਚ ਬਹੁਤ ਕੁਛ ਅਮੈਂਡ ਹੋ ਗਿਆ ਸੀ। ਵੀ ਇਹ ਤਾਂ ਕਹਿੰਦੇ ਨਹੀਂ ਹੁੰਦੇ, ਤਾਂ ਤੁਸੀਂ ਨਵਾਂ ਕੋਨਸਟੀਟਿਊਸ਼ਨ ਹੀ ਬਣਾਤਾ ਵੀ ਇੰਨਾ ਕੁਛ ਐਡ ਕਰਤਾ। ਹੁਣ ਇਹਦੇ ਵਿੱਚ ਇੱਕ ਕੁਐਸਚਨ ਬਹੁਤ ਇੰਪੋਰਟੈਂਟ ਹੈ, ਕਿਹੜੇ 3 ਵਰਡਸ ਇੰਕਲੂਡ ਹੋਏ ਸੀ, ਸੋਸ਼ਲਿਸਟ, ਸੈਕੂਲਰ ਅਤੇ ਇੰਟੈਗ੍ਰਿਟੀ। ਇਹਨਾਂ ਵਰਡਸ ਦਾ ਮਤਲਬ ਸਮਝਣ ਦੇ ਲਈ ਤੁਸੀਂ ਪਿਛਲੀ ਵੀਡੀਓ ਸੁਣੋ, ਉਹ ਇੱਕ ਬੇਸਿਕ ਵੀਡੀਓ ਹੈਗੀ ਹੈ, ਓਵਰਵਿਊ ਦਿੱਤਾ ਹੋਇਆ, ਭੂਮਿਕਾ ਬਣਾਈ ਹੋਈ ਹੈ। ਤਾਂ ਉਹ ਵੀਡੀਓ ਡੈਫੀਨੇਟਲੀ ਸੁਣ ਲਓ, ਲੈਕਚਰ 1 PP ਸਪੈਸ਼ਲ ਸਟੱਡੀ ਸਲਿਊਸ਼ਨ ਦੇ ਉੱਤੇ ਜਾ ਕੇ ਡੈਫੀਨੇਟਲੀ ਸੁਣ ਲਓ। ਚਲੋ ਉਸ ਤੋਂ ਬਾਅਦ ਹੈਗਾ ਜੀ 42nd ਅਮੈਂਡਮੈਂਟ ਦੇ ਵਿੱਚ ਹੀ ਆਪਣੀਆਂ ਫੰਡਾਮੈਂਟਲ ਡਿਊਟੀਜ਼ ਐਡ ਹੋਈਆਂ ਸੀ, ਤਾਂ ਇਹ ਵੀ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਆਪਾਂ ਥੋੜ੍ਹੇ ਥੋੜ੍ਹੇ ਕੁਐਸਚਨਸ ਕਰਿਆ ਕਰਾਂਗੇ, ਮੋਸਟ ਰਿਪੀਟਿਡ ਕੁਐਸਚਨਸ ਕਰਿਆ ਕਰਾਂਗੇ, ਤਰੀਕੇ ਨਾਲ ਪੜ੍ਹਿਆ ਕਰਾਂਗੇ, ਆਰਡਰ ਦੇ ਵਿੱਚ ਪੜ੍ਹਿਆ ਕਰਾਂਗੇ, ਤਾਂ ਕਿ ਤੁਹਾਨੂੰ ਉਹ ਯਾਦ ਰਹਿ ਸਕਣ। ਇੱਕ ਦਿਨ 'ਚ ਹੀ 500 ਕੁਐਸਚਨਸ ਕਰ ਲੈਣਾ
30 ਦਿਨ ਤੱਕ ਕੋਈ ਵੀ ਕੁਐਸਚਨ ਨਾ ਕਰਨਾ, ਤਾਂ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਥੋੜ੍ਹਾ ਥੋੜ੍ਹਾ ਰੋਜ਼ ਪੜ੍ਹੀ ਜਾਓ, ਆਪਣੇ ਆਪ ਜਿਹੜਾ ਹੈਗਾ ਸਕਸੈਸ ਮਿਲ ਜੂ। ਥੈਂਕ ਯੂ।